Por interi había la. New Trafford, ¿no? John de 23 de club on the other. ਕੋਸ਼ਿਸ਼ ਕਰਾਂਗੇ ਆਪਾਂ ਤੋਰਨੀ ਆ ਸ਼ੁਰੂ ਕੀਤਾ ਜਾਵੇ ਤੇ ਬਹੁਤ ਵੱਡੀ ਹਾਂਜੀ ਗੜਵਾਲ ਸਾਹਿਬ ਅੱਜ ਮੀਟਿੰਗ ਹੋਈ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ DSP ਸਾਹਿਬ ਨਾਲ ਕੀ ਜਿਹੜਾ ਹੈਗੀਆਂ ਡਿਸਕਸ ਹੋਈ ਹੈ ਜੀ। ਸਭ ਤੋਂ ਪਹਿਲਾਂ ਤਾਂ ਪੁਨੀਤ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਔਰ ਮੁਬਾਰਕਬਾਦ ਦਿੰਦੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਸਮੁੱਚੀ ਦੁਨੀਆਂ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਔਰ 24 ਤਰੀਕ ਨੂੰ ਜਿਹੜਾ ਗੁਰਪੁਰਬ ਹੈ ਔਰ 23 ਤਰੀਕ ਨੂੰ ਨਕੋਦਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਵਿਦਾਸ ਗੁਰਪੁਰਬ ਦੇ ਸੰਬੰਧ 'ਚ ਕੱਢੀ ਜਾ ਰਹੀ ਸਮੁੱਚੀ ਸੰਗਤ ਵੱਲੋਂ ਉਹਦੀਆਂ ਤਿਆਰੀਆਂ ਜਿੱਥੇ ਸੰਗਤ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਅਤੇ ਉਤਸ਼ਾਹ ਅਤੇ ਸ਼ਰਧਾ ਨਾਲ ਕੀਤੀਆਂ ਜਾ ਰਹੀਆਂ ਅਤੇ ਜਿਹੜੇ ਪ੍ਰਸ਼ਾਸਨਿਕ ਪ੍ਰਬੰਧਾਂ ਵਾਸਤੇ ਕੁਛ ਜਿਹੜੇ ਉਹ ਵੀ ਜ਼ਰੂਰਤ ਹੁੰਦੀ ਆ ਤਾਂ ਉਹਦੇ ਵਾਸਤੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮਾਨਯੋਗ SDO ਸਾਹਿਬ ਨੂੰ ਵੀ ਔਰ ਮਾਨਯੋਗ DSP ਸਾਹਿਬ ਨਾਲ ਬੈਠ ਕੇ ਮੀਟਿੰਗ ਕਰਕੇ ਆਏ ਹਾਂ ਕਿ ਜਿਹੜੀ ਸ਼ੋਭਾ ਯਾਤਰਾ ਆ ਉਹ ਸੁਚਾਰੂ ਢੰਗ ਨਾਲ ਨਿਰਵਿਘਨ ਬਿਨਾਂ ਕਿਸੇ ਰੁਕਾਵਟ ਤੋਂ ਔਰ ਜਿਹਦੇ ਵਿੱਚ ਕਿਸੇ ਸ਼ਹਿਰ ਨਿਵਾਸੀ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਔਰ ਜਿਹੜੀ ਸੰਗਤ ਆ ਜਿਹੜੀ ਸ਼ੋਭਾ ਯਾਤਰਾ ਆ ਔਰ ਗੁਰੂ ਸਾਹਿਬ ਦੀਆਂ ਸੁੰਦਰ ਝਾਕੀਆਂ ਹੁੰਦੀਆਂ ਉਹਨਾਂ ਨੂੰ ਵੀ ਕੋਈ ਜਿਹੜੀ ਬੜੀ ਸਾਫ਼ ਸੁਥਰੇ ਤਰੀਕੇ ਦੇ ਨਾਲ ਬੜੀ ਸ਼ੋਭਾ ਯਾਤਰਾ ਕੱਢੀ ਜਾ ਸਕੇ ਤੋ ਡਿਪਟੀ ਸਾਹਿਬ ਨੇ ਪੂਰਾ ਵਿਸ਼ਵਾਸ ਦਵਾਇਆ ਕਿ ਪੂਰੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਔਰ ਜਿਹੜੇ ਹੋਰ ਜੋ ਵੀ ਲੋੜੀਂਦੇ ਪ੍ਰਬੰਧ ਆ ਉਹ ਪੂਰੇ ਕੀਤੇ ਜਾਣਗੇ ਤੋ ਇਹੀ ਅੱਜ ਦਾ ਮਕਸਦ ਸੀ ਔਰ ਸਾਡੇ ਨਾਲ ਅੱਜ ਨਕੋਦਰ ਸ਼ਹਿਰ ਦੀਆਂ ਸਮੁੱਚੀਆਂ ਮਹੱਲਿਆਂ ਤੋਂ ਸਾਰੇ ਜਿਹੜੇ ਸ਼੍ਰੀ ਗੁਰੂ ਰਵਿਦਾਸ ਗੁਰਪੁਰਬ ਸ਼ੋਭਾ ਯਾਤਰਾ ਜਿਹੜੀ ਆ ਉਹ ਉਹਦੇ ਨੁਮਾਇੰਦੇ ਨੇ ਸ਼ੋਭਾ ਯਾਤਰਾ ਪ੍ਰਬੰਧਕ ਕਮੇਟੀ ਦੇ ਮਹੱਲਾ ਡਾਕਟਰ ਅੰਬੇਡਕਰ ਨਵੀਂ ਵਾਦੀ ਮਹੱਲਾ ਸ਼੍ਰੀ ਗੁਰੂ ਰਵਿਦਾਸਪੁਰਾ ਮਹੱਲਾ ਬੋਗੜਾ ਮਹੱਲਾ ਤੋਂ ਸੰਦੋਗੜ੍ਹ ਮਹੱਲੇ ਤੋਂ ਔਰ ਰਹਿਮਾਨਪੁਰਾ ਮਹੱਲਾ ਤੋਂ ਔਰ ਜਿਹੜੇ ਸਰਾਏ ਮਹੱਲਾ ਤੋਂ ਔਰ ਸਾਰੇ ਜਿੰਨੇ ਵੀ ਜਿਹੜੀ ਸੰਗਤ ਆ ਜਿੱਥੇ ਤੋਂ ਵੀ ਇਹ ਸ਼ੋਭਾ ਯਾਤਰਾ ਕੱਢਦੇ ਉਹਨਾਂ ਦੇ ਨੁਮਾਇੰਦੇ ਸਾਰੇ ਹਾਜ਼ਰ ਆ ਤੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੀ ਧੰਨਵਾਦ। ਸਰ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜੀ ਸ਼ੋਭਾ ਯਾਤਰਾ ਨਿਕਲ ਜਾ ਰਹੀ ਨਕੋਦਰ ਦੇ ਵਿੱਚ ਉਹਦੇ ਸੰਬੰਧ 'ਚ ਅੱਜ ਕੁਝ ਮੋਤਵਾਰ ਤੁਹਾਡੇ ਕੋਲ ਆਏ ਸੀਗੇ ਕੀ ਮੀਟਿੰਗ ਦੇ ਵਿੱਚ ਫੈਸਲੇ ਹੋਏ ਹਨ?
ਜਿੱਦਾਂ ਕਿ ਆਪ ਸਾਰੀ ਸਮੂਹ ਸਾਧ ਸੰਗਤ ਨੂੰ ਪਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਆ, ਉਹਦੇ ਸੰਬੰਧ ਦੇ ਵਿੱਚ ਜਿਹੜੇ ਨਕੋਦਰ ਦੀ ਸੰਗਤ ਹੈਗੀ ਇਹਨੇ 23 ਤਰੀਕ ਨੂੰ ਸ਼ੋਭਾ ਯਾਤਰਾ ਕੱਢਣੀ ਆ, ਅਤੇ ਅੱਜ ਉਹਨਾਂ ਦਾ ਜਿੰਨੀਆਂ ਵੀ ਕਮੇਟੀਆਂ ਹੈਗੀਆਂ ਸਾਰੀਆਂ ਕਮੇਟੀਆਂ ਦੇ ਮੈਂਬਰਸ ਇੱਥੇ ਆਏ ਸੀ, ਉਹਨਾਂ ਨਾਲ ਰੂਟ ਸੰਬੰਧੀ ਡਿਸਕਸ ਕੀਤਾ ਗਿਆ ਆ, ਜਿੱਥੋਂ ਜਿੱਥੋਂ ਟ੍ਰੈਫਿਕ ਡਿਵਰਸ਼ਨ ਕਰਨੀ ਆ ਉਹ ਡਿਸਕਸ ਕੀਤਾ ਗਿਆ ਆ, ਹੋਰ ਜੋ ਜੋ ਵੀ ਕਰਨ ਵਾਲੇ ਕੰਮ ਪ੍ਰਸ਼ਾਸਨ ਦੇ ਉਹਨਾਂ ਦੇ ਨਾਲ ਮਿਲ ਕੇ ਸੀਗੇ, ਸਾਰੇ ਸੋਚੀ ਡਿਸਕਸ ਕੀਤਾ ਗਿਆ ਤਾਂ ਕਿ ਜਿਹੜੀ ਸ਼ੋਭਾ ਯਾਤਰਾ ਕਿਸੇ ਬਿਨਾਂ ਅੰਦਰ ਵਹਿਣ ਜਿਹੜੀ ਆ ਪੂਰੀ ਹੋ ਸਕੇ, ਜਨਤਾ ਨੂੰ ਕਿਸੇ ਤਰ੍ਹਾਂ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਤਾਂ ਦੇਖੋ ਇਹ ਆ, ਦੇਣਾ ਚਾਹੁੰਦੇ ਹਾਂ ਵੀ ਗੁਰਪੁਰਬ ਗੁਰੂ ਮਹਾਰਾਜ ਦਾ ਪੁਰਬ ਆ, ਸਾਰੇ ਜਾਣੇ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ, ਅਤੇ ਸ਼ਮੂਲੀਅਤ ਦੌਰਾਨ ਅਸੀਂ ਆਮ ਲੋਕਾਂ ਦੀ ਪਬਲਿਕ ਦਾ ਵੀ ਧਿਆਨ ਰੱਖੀਏ, ਸਾਡੇ ਜਿਹੜਾ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਆਵੇ।